ਕੀ ਹੋਇਆ ਪੁੱਤਰ, ਕੀ ਕਰਦਾ ਸੀ, ਕੀ ਹੋ ਗਿਆ ਸਭ ਕੁਛ? ਮਿਸਤਰੀ ਸੀ, ਰਾਜਗੀ ਜਿਹੜੇ ਕੰਮ ਕਰਦਾ ਸੀ ਮਿਸਤਰੀ ਸੀ। ਅੱਛਾ, ਮਿਹਨਤ ਮਜ਼ਦੂਰੀ ਕਰਦਾ ਸੀ, ਮਿਸਤਰੀ ਸੀ। ਹਾਂਜੀ, ਤੇ ਕੀ ਹੋਇਆ ਹੈ ਮਸਲਾ? ਉਹ ਆਏ ਨੇ। ਅੱਛਾ, ਉਹਨਾਂ ਬੂਹਾ ਖੜਕਾਇਆ। ਸਹੀ ਹੈ, ਉਹਨੇ ਖਾਪਾ ਜੀ ਬੂਹਾ ਨਹੀਂ ਖੋਲਣਾ। ਅੱਛਾ, ਪਤਾ ਲੱਗ ਗਿਆ ਸੀ? ਨਹੀਂ, ਮੈਂ ਕੋਈ ਬੂਹਾ ਨੀ ਤੂੰ ਖੋਲਣਾ। ਮੈਂ ਕਿਹਾ ਨੀ ਮੈਂ ਖੋਲਦਾ ਪੁੱਤਰ। ਅੱਛਾ, ਉਹਨੇ ਬੋਰਾ ਚੱਕਿਆ, ਛਾਪਰ ਚ ਪਾਇਆ, ਮੋਟਰਸਾਈਕਲ ਦੇ ਨਾਲ ਬੰਦਾ ਪੱਠੇ ਲਿਆਉਂਦਾ ਹੁੰਦਾ ਸੀ। ਅਸੀਂ ਪੌੜੀਆਂ ਮਹੀਨੇ ਗਿਆ, ਪਿਛਾ ਹਟ ਤੇ ਬੂਹਾ ਖੋਲਿਆ, ਉਹਨੇ ਧੱਕਾ ਮਾਰਿਆ, ਉਹ ਬਾਰੀ ਖੁੱਲ ਗਈ ਏ। ਉਹ ਉੱਥੇ ਪਿਛਾ ਜਾ ਥੋੜਾ ਜਿਹਾ ਡੇਢ ਕੁ ਕਦਮ ਉਹਨਾਂ ਫਾਇਰ ਮਾਰੇ ਨੇ, ਉਹ ਡਿੱਗ ਪਿਆ, ਉਹ ਆਦਾ ਭੱਜ ਗਿਆ। ਅੱਛਾ, ਕੌਣ ਗਏ ਸੀ, ਕਿਹਨਾਂ ਨੇ ਮਾਰਤਾ ਵੱਡੇ? ਉਹ ਤਬਲੀਏ ਨੇ, ਗੱਗੋ ਸ਼ਹਿਰ ਦੇ ਰਹਿਣ ਵਾਲੇ। ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ? ਅਸੀਂ ਵੀ ਉੱਥੋਂ ਦੇ ਰਹਿਣ ਵਾਲੇ ਸੀ। ਤੇ ਇੱਥੇ ਕਦੋਂ ਆਏ ਹੋ? ਇੱਥੇ ਸਾਨੂੰ ਹੋ ਗਿਆ ਨਾ 9-10 ਸਾਲ। ਅੱਛਾ, ਪਹਿਲੇ ਕਿੱਥੇ ਰਹਿੰਦੇ ਸੀ? ਪਹਿਲਾਂ ਉੱਥੇ 247 ਚੱਕੇ ਵਿਹਾੜੀ। ਨਹੀਂ, ਗੱਗੋ। ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਵਿਹਾੜੀ। ਜ਼ਿਲ੍ਹਾ ਵਿਹਾੜੀ, ਹਾਂਜੀ ਠੀਕ ਹੈ। ਉਹਦਾ ਪਿੰਡ ਹੈਗਾ ਸੀ, ਉੱਥੇ ਰਹਿੰਦੇ ਸੀ। ਹਾਂਜੀ ਹਾਂਜੀ। ਤੇ ਉਹਨਾਂ ਨਾਲ ਕੀ ਮਸਲਾ ਸੀ? ਕੁੜੀ ਕੜੀ ਨਾ ਇਹ ਉਹਨਾਂ ਨੇ ਕਰਦੀ ਛੱਡੀ, ਇਹ ਮੁੰਡਾ ਮੁੰਡਾ ਉਹਨਾਂ ਦੇ ਕੋਲ ਹੀ ਰਹਿੰਦਾ ਸੀ, ਕੋ ਕੁਝ ਬਣਿਆ ਸਨ। ਕਿਹੜੀ ਕੁੜੀ? ਉਹ ਆਪਣੀ ਮਰੀਮ। ਅੱਛਾ, ਤੁਹਾਡੇ ਪੁੱਤਰ ਨੇ ਉਹਦੇ ਨਾਲ ਸ਼ਾਦੀ ਕਰ ਲਈ? ਨਹੀਂ ਨਹੀਂ ਨਹੀਂ, ਉਹ ਪਤਾ ਨੀ, ਉਹ ਗੈਰ ਹੈ ਕਿ ਉਹਨਾਂ ਦਾ ਆਪਦਾ ਹੀ ਹੈ, ਖੁਦਾ ਨੂੰ ਪਤਾ, ਸਲਾਮਾਬਾਦ ਦੀ ਗੱਲ। ਅੱਛਾ ਠੀਕ ਹੈ, ਉਹ ਮੁੰਡਾ ਉੱਥੇ ਰਹਿੰਦਾ ਸੀ ਪਹਿਲੇ ਤੁਹਾਡਾ? ਨਹੀਂ ਨਹੀਂ ਨਹੀਂ, ਮੁੰਡਾ ਸਾਡਾ ਇੱਥੇ ਸਾਡੇ ਕੋਲ ਸੀ ਤੇ ਉਹਨਾਂ ਦੇ ਕੋਲ ਵੀ ਜਾਂਦਾ ਸੀ, ਗੱਗੋ ਵੀ ਰਹਿੰਦਾ ਸੀ। ਅੱਛਾ, ਉਹ ਕੌਣ ਲੱਗਦੇ ਨੇ ਤੁਹਾਡੇ, ਇਹ ਜਿਹੜੇ ਮੁਲਜ਼ਮ ਨੇ? ਦੁਆ ਸਲਾਮ ਸੀ, ਹੋਰ ਕੁਝ ਨਹੀਂ। ਵਾਕਫ ਨੇ? ਹਾਂ ਜੀ। ਇੱਕ ਪਿੰਡ ਵਿੱਚ ਹੀ ਰਹਿੰਦੇ ਸੀ? ਪਿੰਡ ਚ ਹੀ ਰਹਿੰਦੇ ਸੀ? ਪਿੰਡ ਚ। ਠੀਕ ਹੈ, ਉੱਥੋਂ ਉਹਨਾਂ ਨੇ ਆਪਣੀ ਧੀ ਦੀ ਸ਼ਾਦੀ ਕਰਤੀ? ਕਿੱਥੇ ਉਹਨਾਂ ਨੇ ਕਰਤੀ? ਕਿੱਥੇ? ਇਸਲਾਮਾਬਾਦ। ਇਸਲਾਮਾਬਾਦ। ਫੇਰ ਉਹਨੇ ਉੱਥੋਂ ਫੋਨ ਕੀਤਾ, ਮੁੰਡਾ ਆਪਣਾ ਕਿਹਾ, ਉਹਨੇ ਆਖਿਆ ਚਾਚੂ ਮੈਨੂੰ ਇੱਥੋਂ ਕੱਢ, ਮੇਰੇ ਇੱਥੇ ਦਿਲ ਨਹੀਂ। ਕੁੜੀ ਕਹਿੰਦੀ ਹੈ? ਹਾਂ, ਮੁੰਡਾ ਗਿਆ ਆਪਣਾ ਲੈ, ਉਹਦੀ ਮਾਂ ਤੇ ਪਿਓ ਲਾਹੌਰ ਆਏ ਨੇ, ਉੱਥੇ ਆਪਣੇ ਮੁੰਡੇ ਵਕੀਲ ਵਾਕਫ ਸਨ, ਇਹ ਲੈ ਕੇ ਇਹਨੇ ਕਿਹਾ ਬੈਠੀ ਆਪਦੀ ਲੈ ਜਾਓ। ਉਹ ਕੁੜੀ ਨੇ ਕਹਿ ਨੀ ਮੈਂ ਜਾਣੀ, ਮੈਂ ਨੀ ਜਾਣਾ, ਨੀ ਮੈਂ, ਇਹਨਾਂ ਨੇ ਮੈਨੂੰ ਮੁੜ ਉਹਨਾਂ ਨਾਲ ਤੋੜ ਦੇਣਾ। ਅੱਛਾ, ਉਹਨਾਂ ਪਰਚਾ ਕਰਾਇਆ, ਇੱਥੋਂ ਆਪਣਾ ਮੁੰਡਾ ਵੀ ਕੁੜੀ ਵੀ ਸਾਰੇ ਭਤੀਜੇ ਗਏ, ਉੱਥੇ ਕੁੜੀ ਨੇ ਬਿਆਨ ਦੇ ਦਿੱਤੇ। ਤੁਹਾਡਾ ਮੁੰਡਾ ਫੜਿਆ ਗਿਆ ਨਾਲ? ਹਾਂ, ਮੁਨੱਵਰ। ਮੁਨੱਵਰ। ਅੱਛਾ, ਤੇ ਨਾਲ ਉਹ ਕੁੜੀ ਨੂੰ ਵੀ ਫੜ ਲਿਆ? ਹਾਂਜੀ। ਕਿੱਥੇ ਲੈ ਗਏ? ਇਸਲਾਮਾਬਾਦ। ਕਿੰਨੀ ਦੇਰ ਪਹਿਲੇ? ਇਹ ਕਤਲ ਹੋਣ ਤੋਂ ਪਹਿਲਾਂ ਕੁਛ 6-7 ਮਹੀਨੇ ਹੋ ਗਏ। ਅੱਛਾ ਠੀਕ ਹੈ, ਫਿਰ ਲੈ ਗਏ? ਹਾਂਜੀ। ਫਿਰ ਅੱਗੇ ਕੀ ਹੋਇਆ? ਉੱਥੇ ਕੁੜੀ ਨੇ ਬਿਆਨ ਦੇ ਦਿੱਤੇ, ਉਹਨੇ ਕਿਹਾ ਮੈਂ ਤਾਂ ਤੇ ਚਾਚੂ ਦੇ ਪਿੰਡੇ ਨਾਲ ਗਈ ਆ, ਮੈਂ ਕੋਈ ਕਿਸੇ ਗੈਰ ਨਾਲ ਗਈ ਆ। ਉਹਨਾਂ ਨੇ ਅਗਵਾਹ ਦਾ ਪਰਚਾ ਕਰਾਇਆ ਸੀ? ਹਾਂਜੀ। ਅੱਛਾ, ਉਹ ਜੱਜ ਨੇ ਪਰਚਾ ਖਾਰਜ ਕਰ ਦਿੱਤਾ। ਠੀਕ ਹੈ, ਤੇ ਇਹ ਕਿਉਂ ਲੈ ਕੇ ਆਇਆ ਸੀ ਮੁਨੱਵਰ ਤੁਹਾਡਾ ਬੇਟਾ ਉਸ ਬੱਚੀ ਨੂੰ? ਉਹ ਰੁੱਸੀ ਆਈ ਸੀ ਮਾਂ ਪਿਓ ਨਾਲ, ਵੀ ਮੈਂ ਤੇ ਚਾਚੇ ਦੇ ਕੋਲ ਜਾਂਦੀ ਰਹਿਣੀ। ਮਾਂ ਪਿਓ ਦੇ ਕੋਲੋਂ ਆਈ ਸੀ ਕਿ ਆਪਣੇ ਬੰਦੇ ਦੇ ਘਰੋਂ ਆਈ ਸੀ? ਬੰਦੇ ਦੇ ਘਰੋਂ ਆਈ ਸੀ। ਹਾਂ, ਤੇ ਕੀ ਮਸਲਾ ਸੀ? ਬੰਦਾ ਨੀ ਪਸੰਦ ਸੀ ਉਹਨੂੰ? ਉਹ ਪੱਕੀ ਉਮਰ ਦਾ ਸੀ, ਕੁੜੀ ਸੀ 16-17 ਸਾਲ। ਅੱਛਾ, ਤੇ ਉਹ ਕਹਿ ਰਹੀ ਸੀ ਕਿ ਮੈਨੂੰ ਬਚਾ ਲਓ? ਹਾਂਜੀ। ਇਹ ਪਨਾਹ ਦਿੱਤੀ ਤੁਹਾਡੇ ਪੁੱਤਰ ਨੇ ਉਹਨੂੰ? ਹਾਂਜੀ, ਪਨਾਹ ਦਿੱਤੀ। ਠੀਕ ਹੈ, ਕਿੰਨੀ ਦੇਰ ਰੱਖਿਆ ਇੱਥੇ? ਇੱਥੇ ਮੇਰੇ ਖਿਆਲ ਚ 1.5 ਮਹੀਨਾ ਵੀ ਰਹੀ ਹੈ। ਅੱਛਾ, ਫੇਰ ਉਹ ਪੁਲਿਸ ਆ ਗਈ? ਹਾਂਜੀ, ਪੁਲਿਸ ਨੇ ਉਹਨਾਂ ਪਰਚਾ ਕਰਾਇਆ। ਠੀਕ ਹੈ, ਫੇਰ ਕੀ ਹੋਇਆ? ਕੁਛ ਵੀ ਨੀ, ਉਹ ਚਲੇ ਗਏ ਉੱਥੇ, ਕੁੜੀ ਨੇ ਬਿਆਨ ਦਿੱਤੇ ਤੇ ਜੱਜ ਨੇ ਆਖਿਆ ਪਰ ਛੱਡ ਦਿਓ ਇਹਨਾਂ ਨੂੰ।
ਪਰਚਾ ਖਾਰਜ ਹੋ ਗਿਆ, ਮੁੰਡਾ ਆ ਗਿਆ ਤੁਹਾਡਾ ਵਾਪਸ, ਫੇਰ ਅੱਗੇ ਮਾਂ ਜੀ ਬੜਾ ਅਫਸੋਸਨਾਕ ਵਾਕਿਆ, ਅੱਲਾ ਪਾਕ ਤੁਹਾਨੂੰ ਸਬਰ ਦੇਵੇ। ਇਹ ਕੀ ਹੋ ਗਿਆ, ਸਭ ਕੁਛ ਕਿਵੇਂ ਹੋ ਗਿਆ? ਸਭ ਕੁਛ ਬੇਟਾ ਜੀ, ਮੈਂ ਵੀ ਘਰ ਸਾਂ, ਮੈਂ ਬੂਰੇ ਵਾਲੇ ਗਈ ਸਾਂ, ਉਸ ਦਿਨ ਮੈਂ ਘਰ ਸਾਂ, ਮੈਂ ਠੀਕ ਨਹੀਂ ਸਾਂ, ਮੈਂ ਬਹੁਤ ਬੁਖਾਰ ਨਾਲ ਪਈ ਸਾਂ। ਉਹਨਾਂ ਦਰਵਾਜ਼ਾ ਕੁੱਟਾ, ਕੁੱਟ ਤੇ ਦਵਾ ਦਵ, ਮੇਰੇ ਬੇਟੇ ਨੇ ਦਰਵਾਜ਼ਾ ਖੋਲ੍ਹਾ, ਉਹ ਬਾਈ ਤੇ ਅੰਦਰ ਵੜ ਗਏ, ਅੰਦਰ ਦੋ ਮੇਰੀਆਂ ਦੇਖਿਆ ਦੋ ਤਰੀਆਂ ਬੈਠੀਆਂ ਸਨ, ਉਹ ਬਚ ਗਈਆਂ, ਮੈਂ ਆਪ ਬਚ ਗਈ, ਸਾਨੂੰ ਬਚਾਈਂਦਾ ਬਚਾਈਂਦਾ ਉਹ ਬੜੇ ਅੰਦਰ, ਉਹਨਾਂ ਬਰਿਸ਼ਤ ਮਹਾਰਾਜ ਮੇਰੇ ਪੁੱਤ ਨੂੰ ਖਪਾ ਦਿੱਤਾ। ਤਿੰਨ ਜਣੇ ਅੰਦਰ ਵੜਿਆ, ਦੋ ਬਾਰ ਖਲਣ ਗੱਡੀ ਉਹਨਾਂ ਦੀ ਰੋਡ ਤੇ ਖਲੀ, ਬਾਈ ਮਾਰਤੇ ਤੂੰ, ਮੈਂ ਕੂਕ ਦੀ ਕਰਲਾਂਦੀ ਨਿਕਲੀ ਆ, ਮੇਰੇ ਕਿਸੇ ਫਰਿਆਦ ਨਹੀਂ ਸੁਣੀ। ਮਾਂ ਜੀ ਕਿੰਨੇ ਮਾਰਤਾ ਤੇ ਕਿਉਂ ਮਾਰਤਾ, ਕੀ ਵਜ੍ਹਾ? ਅਰਸ਼ਦ ਨੇ ਮਾਰਿਆ, ਉਹ ਕੁੜੀ ਦਾ ਮਾਮਾ ਹੈ ਮਰੀਮ ਦਾ। ਅੱਛਾ, ਮਰੀਮ ਕੌਣ ਲੱਗਦੀ ਸੀ ਤੁਹਾਡੇ ਪੁੱਤਰ ਦੀ? ਕੁਛ ਨਹੀਂ ਲੱਗਦੀ ਸੀ, ਯਾਰੀ ਦੋਸਤੀ ਸੀ, ਨਾਰਾਜ਼ ਹੋ ਤੇ ਆਈ ਸੀ। ਬੇਟੇ ਨਾਲ ਦੋਸਤੀ ਸੀ ਤੁਹਾਡੇ? ਨਹੀਂ 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 ਨਹੀਂ, ਇਹਦੀ ਦੋਸਤੀ ਸੀ ਜਿਹੜੇ ਮਾਰਨ ਆਏ ਨੇ ਉਹਨਾਂ ਨੂੰ, ਮਰੀਮ ਦੇ ਮਾਮਿਆਂ ਨਾਲ, ਮਨਵਰ ਦੀ, ਮਨਵਰ ਦੀ ਦੋਸਤੀ ਸੀ। ਇੱਕੋ ਥਾਂ ਤੇ ਰਹਿੰਦੇ ਬਹਿੰਦੇ ਸਨ। ਇਹ ਗਿਆ, ਉਹ ਆਈ ਕੁੜੀ ਘਰੋਂ ਨਾਸੇ ਆਈ, ਉਸ ਆਖਾ ਮੈਨੂੰ ਮੇਰਾ ਬੁੱਢਾ ਸਾਈ ਹੈ, ਮੇਰੇ ਨਾਲ ਮੇਰੇ ਦੇਵਰੀ ਜਿਆਸਤੀ ਕਰਦੇ ਨੇ, ਦੇਵਰੀ ਮੇਰੇ ਮੱਖੇ ਪੈਂਦੇ ਨੇ, ਮੇਰੇ ਨਾਲ ਸਾਰੇ ਮੇਰੀ ਬੇਇੱਜ਼ਤੀ ਕਰਦੇ ਨੇ, ਮੇਰੀ ਇੱਜ਼ਤ ਨੂੰ ਹੱਥ ਗਾਉਂਦੇ ਨੇ, ਤੇ ਚਾਚਾ ਮੈਨੂੰ ਤੂੰ ਆਦਿ ਪਨਾਹ ਚ ਰੱਖ ਲੈ, ਜਦੋਂ ਇਹ ਸਹੀ ਹੋ ਗਿਆ ਮੈਂ ਆ ਜਾਸਾਂ। ਇਹ ਲੈ ਕੇ ਆ ਗਈ ਹੈ, ਫਿਰ ਉਹਨਾਂ ਪਰਚਾ ਦਿੱਤਾ ਮੇਰੀ ਬੇਟੀ ਤੇ ਮੇਰੇ ਬੇਟਿਆਂ ਤੇ ਪਰਚਾ ਦਿੱਤਾ, ਮੈਂ ਇਸਲਾਮਾਬਾਦ ਫੜੀ ਤੇ ਚਲੇ ਗਏ। ਮੈਂ ਉਹ ਕੁੜੀ ਜਿਹੜੀ ਸੀ ਉਹਨੂੰ ਮੈਂ ਬੁਲਾਇਆ, ਮੈਂ ਕਿਹਾ ਪੁੱਤ ਚੱਲ ਸਾਡਾ ਜਿਹੜਾ ਜੁਰਮ ਹੈ ਜਾ ਤੂੰ ਉੱਥੇ ਕਬੂਲ ਕਰ। ਉਹ ਗਈ, ਉਹਨੇ ਉੱਥੇ ਜੱਜ ਤੇ ਬਿਆਨ ਦਿੱਤੇ ਨੂੰ ਸਕਤ ਸਾਹਿਬ ਬਾਦਨ, ਮੈਂ ਆਪਣੇ ਘਰੋਂ ਆਪਦੀ ਖੁਸ਼ੀ ਤੋਂ ਗਈ ਹਾਂ, ਮੈਂ ਨਾਰਾਜ਼ ਹੋ ਤੇ ਗਈ ਹਾਂ, ਮੈਂ ਪੈੜੀ ਲੁੱਚੀ ਨਹੀਂ ਹਾਂ। ਜੱਜ ਨੇ ਉੱਥੇ ਮੇਰੀ ਬੇਟੀ ਪਰਚਾ ਕੀ ਕਰਾਇਆ ਸੀ ਇਹਨਾਂ ਨੇ? ਇਹਨਾਂ ਕਰਾਇਆ ਸੀ ਅਗਵਾ ਦਾ ਪਰਚਾ, ਅਗਵਾ ਕਰ ਲਈ ਹੈ ਕੁੜੀ ਜੀ। ਅੱਛਾ, ਮੈਂ ਅਗਵਾ ਕਰਤੇ ਲੈ ਗਏ ਜਿਸ ਵੇਲੇ ਅਸੀਂ ਉੱਥੇ ਗਏ ਹਾਂ, ਉਸ ਜੱਜ ਨੇ ਆਖਿਆ, ਉਸ ਆਖਿਆ ਬਈ ਉਹ ਕੁੜੀ ਆਉਂਦੀ ਵੀ ਮੈਂ ਆਈ ਆਹ ਪ੍ਰੀਤੀ ਹੈ ਘਰੋਂ ਆਪੇ ਆਈਏ, ਇਹਨੇ ਲਾਹੌਰੂ ਕੇ ਪਤਾ ਨਹੀਂ ਕਿੱਥੋਂ ਰਾਹ 'ਚ ਇਹਨੇ ਲਿਆਂਦੀ ਹੈ। ਉਸ ਜੱਜ ਨੇ ਆਖਿਆ ਵੀ ਕੁੜੀ ਆਉਂਦੀ ਮੈਡੀਕਲ ਕਰਾ, ਕੁੜੀ ਨੇ ਆਖਿਆ ਮੇਰਾ ਮੈਡੀਕਲ ਕਾਲ ਕਰਾਓ ਜੀ, ਮੈਂ ਆਪਦੇ ਬਾਪ ਨਾਲ ਸੁਨਾਹ ਕਰਾਂ, ਇਹ ਮੇਰਾ ਪਿਓ ਲੱਗਦਾ। ਫਿਰ ਜੱਜ ਨੇ ਇਹਨਾਂ ਨੂੰ ਛੋੜ ਦਿਆ। ਅੱਛਾ, ਇਸਲਾਮਾਬਾਦ ਵਾਲੇ ਜੱਜ ਨੇ ਛੋੜ ਦਿੱਤਾ, ਪਰਚਾ ਖਾਰਜ ਹੋ ਗਿਆ, ਕੁੜੀ ਆਦੀ ਮਾਂ ਤੇ ਬਾਪ ਦੇ ਸਾਥ ਚਲੀ ਗਈ। ਅੱਛਾ, ਉਹ ਸਾਥ ਚਲੀ ਗਈ, ਉਹ ਇਹਨਾਂ ਰੰਜਸ ਰੱਖੀ, ਉਸ ਰੰਜਸ ਨਾਲ ਆਤੇ ਤੇ ਹੁਣ ਚਾਰ ਬੱਚੇ ਨੇ, ਮੇਰਾ ਵੱਡਾ ਬੇਟਾ ਸੀ, ਮੈਂ ਇਹਨਾਂ ਨੂੰ ਕਿੱਥੇ ਗੱਤਾ। ਮਾਂ ਜੀ ਕੀ ਮੁਤਾਲਬਾ ਤੁਹਾਡਾ? ਮੇਰਾ ਮੁਤਾਲਬਾ ਮੇਰੇ ਮੁਰਜੇ ਫੜੇ, ਉਹਨਾਂ ਨੂੰ ਸਜ਼ਾ ਦੇਵੇ, ਹੋਰ ਮੇਰਾ ਕੋਈ ਮੁਤਾਲਬਾ। ਪੁਲਿਸ ਕਹਿੰਦੀ ਐ ਅਸੀਂ ਮੁਲਜ਼ਮ ਫੜੇ ਨੇ, ਤਿੰਨ ਪੜੇ ਨੇ, ਇੱਕ ਛੱਡ ਦਿੱਤਾ ਇਹਨੇ ਤੇ ਦੋ ਜੇਲ੍ਹ ਚ ਨੇ, ਇੱਕ ਵਿਆੜੀ ਜੇਲ੍ਹ ਚ ਵਾਪਸ ਗੱਲਾਂ ਨੇ, ਉੱਥੋਂ ਵੀ ਉਹ ਚਵੀ ਕਰਤੇ ਆਇਆ, ਉੱਥੇ ਹੀ ਉਹਨੇ ਬੰਦੇ ਨੂੰ ਫਾਇਰ ਮਾਰੇ, ਉਹਨੂੰ ਇੱਥੇ ਲਿਆਂਦਾ ਇਹਨੇ, ਉਹਨੂੰ ਵਾਪਸ ਗਲਾ ਦਿੱਤਾ ਇਹਨੇ, ਤੇ ਇੱਕ ਹਸਾਈ ਵਿੱਚ ਪਿਆ ਤਿੰਨ ਬਾਰ। ਕਿੰਨੇ? ਦੋ ਫੜੇ ਨੇ ਪੁਲਿਸ ਨੇ? ਫੜੇ ਤਿੰਨ ਨੇ, ਇੱਕ ਦੀ ਜ਼ਮਾਨਤ ਹੋ ਗਈ, ਗੱਡੀ ਵੀ ਇਹਨਾਂ ਛੋੜ ਦਿੱਤੀ। ਉਹ ਕਿਹਦੀ ਜ਼ਮਾਨਤ ਹੋਈ ਹੈ? ਇਹਸਾਨ ਮਾਰ ਦੇ। ਅੱਛਾ, ਉਹ ਕੌਣ ਸੀ? ਉਹ ਮਾਰ ਸੀ, ਆ ਰਹੀ ਸੀ, ਉਹਨੇ ਗੱਡੀ ਲਿਆਂਦੀ ਸੀ, ਇਹਨਾਂ ਦੇ ਮਾਮੇ ਦਾ ਦੋਸਤ, ਮਾਮੇ ਦਾ ਦੋਸਤ ਸੀ, ਉਹਨੇ ਗੱਡੀ ਲਿਆਂਦੀ ਏ,
ਉਹਨੇ ਸਾਰਾ ਕੁਝ ਇਹਨਾਂ ਦਾ ਸਾਰਾ ਕਲੇਮ ਇਹਨਾਂ ਦਾ ਕੀਤਾ ਸੀ ਯਾਰੀ ਦੋਸਤੀ ਚ। ਉਹਨੇ ਗੱਡੀ ਲਿਆਂਦੀ ਉੱਥੋਂ ਰਿੰਡ ਤੋਂ ਲੈ ਤੇ ਦਿੱਤੀ, ਇੱਕ ਗਰੂ ਲੈ ਕੇ ਦਿੱਤੀ ਉਸੋ, ਉਹ ਨਾਲ ਸੀ ਉਹਨੂੰ ਵੀ ਅਸੀਂ ਫੜਾਇਆ। ਇਹਨਾਂ ਗੱਡੀ ਜਿਹੜੀ ਇਹਨਾਂ ਗੱਡੀ ਦੇ ਪੈਸੇ ਲੈ ਤੇ ਪਹਿਲਾਂ ਛੋੜ ਦਿਆ, ਗੱਡੀ ਦੇ ਪੈਸੇ ਲੈ ਲਿਆ ਨੇ, ਗੱਡੀ ਵਾਪਸ ਦੇ ਦਿੱਤਿਆਂ ਨੇ। ਫਿਰ ਮੈਨੂੰ ਪਤਾ ਚੱਲਾ ਜਿਹੜਾ ਮੇਰੇ ਨਾਲ ਇੱਕ ਮੇਰਾ ਬੜਾ ਅੱਛਾ ਬੇਟਾ ਬਣਿਆ ਹੋਇਆ ਸੀ, ਉਹਨੇ ਉਸ ਗੱਡੀ ਦਾ ਉਹਨੂੰ ਪਤਾ ਲੱਗਾ। ਅਸੀਂ ਫਿਰ ਦੁਬਾਰਾ ਐਸ ਐਚ ਓ ਦੇ ਪੇਸ਼ ਹੋਏ, ਐਸ ਐਚ ਓ ਬਹੁਤ ਅੱਛਾ ਸੀ, ਉਹਨੇ ਉਹ ਗੱਡੀ ਵਾਪਸ ਮੰਗਵਾ ਲਈ, ਉਹਨੇ ਗੱਡੀ ਵਾਪਸ ਮੰਗਵਾ ਲਈ। ਇਹ ਫਿਰ ਇਹਨਾਂ ਗੱਡੀ ਵੀ ਉਹਨੂੰ ਜ਼ਮਾਨਤ ਤੇ ਦੇ ਦਿੱਤੀ ਤੇ ਮੁੰਡਾ ਵੀ ਜ਼ਮਾਨਤ ਤੇ ਦੇ ਦਿੱਤਾ। ਤਾਂ ਕੀ ਮੁਕਾਬਲਾ ਤੁਹਾਡਾ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦੀ ਹਾਂ ਮੇਰੇ ਮੁਰਜੇ ਪੜੇਣ, ਮੈਨੂੰ ਇਨਸਾਫ ਦੇਵਣ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਮੈਂ ਉਹਨਾਂ ਚਾਰ ਬੱਚਿਆਂ ਨੂੰ ਕਿੱਥੇ ਸਾਂਭਾ ਦੇ, ਕਿੱਥੇ ਪਾਲਾ ਦੀ, ਮੈਂ ਕੀ ਕਰਾਂ ਦੀ? ਉਹ ਜਿਹੜਾ ਮੇਰਾ ਬੇਟਾ ਬਣਿਆ ਹੋਇਆ ਉਹਨੇ ਸ਼ਾਬਾਸ਼ ਹੁੰਦੀ ਹੈ, ਮੈਂ ਤੁਹਾਨੂੰ ਦੁਆਵਾਂ ਦੇਣੀ ਹੈ। ਉਹਨੇ ਫਿਰ ਅਸੀਂ ਲਗੇ ਲਗੇ ਕਰਤੇ, ਐਸ ਐਚ ਓ ਤੇ ਪੇਸ਼ ਹੋਈ। ਐਸ ਐਚ ਓ ਬਹੁਤ ਅੱਛਾ ਬੰਦਾ, ਬੜਾ ਹੀ ਅੱਛਾ ਬੰਦਾ, ਉਹਨੇ ਗੱਡੀ ਮੰਗਵਾਈ।